ਤਾਂ ਹਾਂ ਦੋਸਤੋ ਆਪਾਂ ਆ ਗਏ ਹਾਂ ਇੱਕ ਹੋਰ ਨਵੇਂ ਸਫ਼ਰ 'ਤੇ। ਇਹ ਨਵਾਂ ਸਫ਼ਰ ਰਿਸ਼ੀਕੇਸ਼ ਦੇ ਵਿੱਚ ਪਰਮਾਤਮ ਨਿਕੇਤਨ ਹੈ। ਪਰਮਾਤਮ ਨਿਕੇਤਨ ਦੇ ਅੰਦਰ ਇੱਕ ਤੁਹਾਨੂੰ ਐਸਾ ਰਹੱਸਮਈ ਦਰਖਤ ਦਿਖਾਵਾਂਗੇ ਜਿਹਨੂੰ ਅੱਜ ਤੱਕ ਕਿਸੇ ਵੀ ਯੂਟਿਊਬਰ ਨੇ ਨਹੀਂ ਦਿਖਾਇਆ। ਉਹਨੂੰ ਦਿਖਾਉਣ ਤੋਂ ਪਹਿਲਾਂ ਤਾਂ ਤੁਹਾਨੂੰ ਆਪਾਂ ਅੰਦਰ ਦੇ ਕੁਝ ਸੋਹਣੇ ਸੋਹਣੇ ਦ੍ਰਿਸ਼ ਦਿਖਾਵਾਂਗੇ। ਪਰਮਾਤਮ ਨਿਕੇਤਨ ਦੇ ਅੰਦਰ ਤੁਸੀਂ ਰਹਿ ਵੀ ਸਕਦੇ ਹੋ, ਧਰਮਸ਼ਾਲਾ ਬਣੀਆਂ ਹੋਈਆਂ ਹੈ। ਤਾਂ ਇਹਦੇ ਅੰਦਰ ਬਹੁਤ ਸੋਹਣੀਆਂ ਸੋਹਣੀਆਂ ਮੂਰਤੀਆਂ ਅਤੇ ਬਹੁਤ ਸੋਹਣੇ ਸੋਹਣੇ ਦ੍ਰਿਸ਼ ਬਣੇ ਹੋਏ ਹੈ ਅਤੇ ਇਹਦੇ ਅੰਦਰ ਹੋਰ ਵੀ ਤੁਹਾਨੂੰ ਕਾਫੀ ਕੁਛ ਮਿਲ ਜੂਗਾ। ਤਾਂ ਦੋਸਤੋ ਇਹ ਉਹ ਦਰੱਖਤ ਹੈ ਜੋ ਰਹੱਸਮਈ ਹੈ। ਤੁਹਾਨੂੰ ਪਹਿਲੀ ਨਜ਼ਰ 'ਚ ਲੱਗ ਰਿਹਾ ਹੋਣਾ ਹੈਗਾ ਵੀ ਇਹ ਦਰੱਖਤ ਕੋਈ ਆਮ ਦਰੱਖਤ ਹੈ, ਲੇਕਿਨ ਇਹ ਦਰੱਖਤ ਕੋਈ ਆਮ ਦਰੱਖਤ ਨਹੀਂ। ਇਸ ਦੀ ਜੋ ਬਣਤਰ ਹੈ ਉਹ ਇੱਕ ਉਹ ਐਂ ਲੱਗਦਾ ਹੈ ਜਿਵੇਂ ਕਿ ਕੋਈ ਹਾਥੀ ਦਾ ਸੁੰਡ ਜਾਂ ਹਾਥੀ ਦਾ ਸਿਰ ਹੋਵੇ। ਤਾਂ ਇਹ ਕੁਛ ਕੁਛ ਪੇੜ ਤੋਂ ਇਸ ਤਰ੍ਹਾਂ ਵੀ ਲੱਗਦਾ ਹੈ ਜਿਵੇਂ ਕਿ ਗਣੇਸ਼ ਜੀ ਖੁਦ ਇਸ ਪੇੜ ਦੇ ਵਿੱਚ ਬੈਠੇ ਹੁੰਦੇ ਆ। ਤਾਂ ਇਹ ਇੱਕ ਕੁਦਰਤ ਦਾ ਕ੍ਰਿਸ਼ਮਾ ਹੈ ਜੋ ਜਿਸ ਨੂੰ ਆਪਾਂ ਬਹੁਤ ਗੌਰ ਨਾਲ ਦੇਖਾਂਗੇ ਤਾਂ ਫਿਰ ਆਪਾਂ ਨੂੰ ਇਹ ਚੀਜ਼ਾਂ ਦਿਸਦੀਆਂ ਅਤੇ ਮਹਿਸੂਸ ਹੁੰਦੀਆਂ ਹੈਗੀਆਂ। ਇਹ ਇੱਕ ਪਿੱਪਲ ਦਾ ਪੇੜ ਹੈਗਾ ਪਰ ਜੋ ਇਹਦੀ ਸ਼ੇਪ ਹੈਗੀ ਉਹ ਇੱਕ ਹਾਥੀ ਦੇ ਆਕਾਰ ਵਰਗੀ ਆ, ਹਾਥੀ ਦੇ ਮੂੰਹ ਵਰਗੀ ਆ, ਹਾਥੀ ਦੇ ਸੁੰਡ ਵਰਗੀ ਹੈ। ਤਾਂ ਇਸ ਨੂੰ ਲੋਕ ਪੂਜਦੇ ਆ, ਇਸ ਦੀ ਪੂਜਾ ਪਾਠ ਵੀ ਕਰਦੇ ਆ। ਸਾਨੂੰ ਬਹੁਤ ਵਧੀਆ ਲੱਗਿਆ ਇਸ ਨੂੰ ਦੇਖ ਕੇ, ਇਸ ਪੇੜ ਨੂੰ, ਕਿਉਂਕਿ ਇਸ ਪੇੜ ਨੂੰ ਦੇਖ ਕੇ ਇੱਕ ਐਸਾ ਮਹਿਸੂਸ ਹੋ ਰਿਹਾ ਸੀ ਵੀ ਕੁਦਰਤ ਦਾ ਐਸਾ ਨਜ਼ਾਰਾ ਦੇਖਣ ਨੂੰ ਅੱਗੇ ਆ ਰਿਹਾ ਸੀ ਕਿ ਕੁਦਰਤ ਦੇਖੋ ਆਪਣੇ ਅੰਦਰ ਕੁਦਰਤ ਕੀ ਕੁਛ ਸਮਾ ਕੇ ਬੈਠੀ ਹੈਗੀ। ਕੁਦਰਤ ਕਿਸੇ ਵੀ ਦਰੱਖਤ ਨੂੰ ਕੈਸਾ ਵੀ ਆਕਾਰ ਦੇ ਦਿੰਦੀ ਹੈ, ਲੇਕਿਨ ਜਿਹੜੀ ਇਸ ਦਰੱਖਤ ਦੀ ਆਕਾਰ ਦੀ ਗੱਲ ਕਰੀਏ, ਆਕਾਰ ਇਹਦਾ ਬਹੁਤ ਵਿਸ਼ਾਲ ਹੈ ਅਤੇ ਇਹ ਦਰੱਖਤ ਬਹੁਤ ਜ਼ਿਆਦਾ ਪੁਰਾਣਾ ਦਰੱਖਤ ਹੈ। ਹੁਣ ਤੁਸੀਂ ਸਕਰੀਨ 'ਤੇ ਦੇਖ ਰਹੇ ਹੋਵੋਗੇ ਤਿੰਨ ਦਰੱਖਤ, ਇਹ ਤਿੰਨ ਦਰੱਖਤਾਂ ਦੀ ਜੋ ਜੜ ਹੈ ਨਾ ਉਹਨਾਂ ਦੀ ਜੜ ਇੱਕੋ ਹੀ ਹੈ। ਤਾਂ ਇਹ ਦੇਖ ਲਓ ਤੁਸੀਂ, ਇਹ ਹਾਥੀ ਦਾ ਸੁੰਡ ਉੱਪਰ ਦੇਖ ਰਹੇ ਹੋ ਤੁਸੀਂ, ਹਾਥੀ ਦਾ ਸਿਰ ਬਣ ਰਿਹਾ। ਤਾਂ ਇੱਕ ਅਜੀਬੋ ਗਰੀਬ ਨਜ਼ਾਰਾ ਸੀ, ਸਾਡਾ ਜੀ ਨਹੀਂ ਕਰਦਾ ਸੀ ਵੀ ਇਸ ਜਗ੍ਹਾ ਨੂੰ ਨਾ ਦੇਖ ਕੇ ਜਾਂ ਹਟ ਜਾਈਏ ਦੇਖਣੋਂ। ਜੀ ਐਂ ਕਰ ਰਿਹਾ ਸੀ ਇਸ ਜਗ੍ਹਾ ਨੂੰ ਦੇਖੀ ਜਾਈਏ, ਸਾਡਾ ਮਨ ਨਹੀਂ ਕਰ ਰਿਹਾ ਸੀ ਇਸ ਜਗ੍ਹਾ ਨੂੰ ਛੱਡ ਕੇ ਜਾਣ ਦਾ, ਕਿਉਂਕਿ ਇਹੋ ਜਿਹੀ ਪੁਰਾਣੀ ਅਤੇ ਪੁਰਾਤਨ ਜਗ੍ਹਾ ਦੇਖਣ ਨੂੰ ਕਦੇ ਕਦੇ ਮਿਲਦੀ ਹੈ। ਇਹਦੇ ਅੰਦਰ ਇੱਕ ਜਗ੍ਹਾ 'ਤੇ ਨਹੀਂ, ਕਈ ਜਗ੍ਹਾ 'ਤੇ ਤੁਹਾਨੂੰ ਦਿਸੂਗਾ ਵੀ ਹਾਥੀ ਦਾ ਸਿਰ ਜਾਂ ਗਣੇਸ਼ ਜੀ ਖੁਦ ਵਿਰਾਜਮਾਨ ਬੈਠੇ ਹੋਣ। ਤਾਂ ਮੈਂ ਤਾਂ ਇਹੀ ਕਹੂੰਗਾ ਕਿ ਵਾਹ, ਇਹ ਕੁਦਰਤ ਦੇ ਨਜ਼ਾਰੇ ਦੇਖੋ ਤੁਸੀਂ, ਪਿੱਪਲ ਦੇ ਪੇੜ ਦੇ ਵਿੱਚੋਂ ਕੀ ਕੁਛ ਬਣਿਆ ਹੋਇਆ ਹੈ। ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤਾਂ ਆਪਦੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣੀ।
ਤਾਂ ਧੰਨਵਾਦ। ਥੈਂਕ ਯੂ। ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਜੀ।